ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਇੱਕ ਗੱਲ ਕਰਨੀ ਸੀ ਅੱਜ ਇੰਡੀਆ ਦੇ ਮੀਡੀਆ ਬਾਰੇ। ਯਾਰ, ਇੰਡੀਆ ਦਾ ਮੀਡੀਆ ਤਾਂ ਯਾਰ ਕਿਸੇ ਨੂੰ ਵੀ ਅੱਤਵਾਦੀ ਬਣਾ ਦਿੰਦਾ, ਕਿਸੇ ਨੂੰ ਹੀ ਉਹ ਸਹੀ ਉਹਦੇ ਕਲੀਨ ਚਿੱਟ ਵੀ ਆਪ ਹੀ ਦੇ ਦਿੰਦਾ। ਮੈਨੂੰ ਲੱਗਦਾ ਗੌਰਮੈਂਟ ਦਾ ਕੰਮ ਘੱਟ ਆ ਅਤੇ ਇੰਡੀਆ ਦੇ ਮੀਡੀਆ ਦਾ ਕੰਮ ਜ਼ਿਆਦਾ ਰੋਲ ਨਿਭਾਉਂਦਾ ਇਹ ਚੀਜ਼ ਦੇ ਵਿੱਚ। ਇੰਡੀਆ ਦਾ ਮੀਡੀਆ ਹੀ ਮੈਨੂੰ ਲੱਗਦਾ ਸਾਰੇ ਫੈਸਲੇ ਕਰਦਾ, ਗੌਰਮੈਂਟ ਤਾਂ ਚੁੱਪ ਕਰਕੇ ਬੈਠੀ ਆ ਤਾਂ ਦੇਖੀ ਜਾਂਦੀ ਆ ਵੀ ਕੀ ਬਣਦਾ, ਦੇਖਦੇ ਹਾਂ। ਅਤੇ ਕਈ ਗੱਲਾਂ ਦੇ ਵਿੱਚ ਮੈਂ ਦੇਖਿਆ, ਹੁਣ ਆਪਣੇ ਪੰਜਾਬ ਦੇ ਵਿੱਚ ਇੱਕ ਸਕੂਲ ਚੱਲ ਰਿਹਾ ਸੀਗਾ ਆਪਣੇ ਉਹ ਫੂਲ ਦੇ ਵਿੱਚ, ਉਹਦੇ ਵਿੱਚ ਹਿੰਦੀ ਪੜ੍ਹਾਈ ਜਾਂਦੇ, ਹਿੰਦੀ ਕਹਿੰਦੇ ਹਿੰਦੀ ਬੋਲੋ, ਪੰਜਾਬੀ ਬੋਲਣ 'ਤੇ 100 ਰੁਪਈਆ ਜੁਰਮਾਨਾ, ਕੜਾ ਨਹੀਂ ਪਾ ਕੇ ਆਉਣਾ, ਪੱਗ ਨਹੀਂ ਬੰਨਣੀ। ਅਤੇ ਜਿਹੜਾ ਸਕੂਲ ਦਾ ਪ੍ਰਿੰਸੀਪਲ ਆ ਉਹਨੂੰ ਪੰਜਾਬੀ ਆਉਂਦੀ ਵੀ ਹੈ ਨਹੀਂ, ਅਤੇ ਨਾ ਪੜ੍ਹਨੀ ਆਉਂਦੀ ਨਾ ਲਿਖਣੀ ਆਉਂਦੀ ਆ, ਉਹ ਲਿਆ ਕੇ ਹਿਮਾਚਲ ਤੋਂ ਇੱਥੇ ਬਿਠਾ ਤਾ। ਉਹ ਯਾਰ ਘੱਟੋ ਘੱਟ ਸ਼ਰਮ ਕਰੋ ਯਾਰ, ਜਿਹੜਾ ਬੰਦਾ ਇੱਥੇ ਲੈ ਕੇ ਆਉਂਦਾ ਯਾਰ ਉਹਨੂੰ ਲਿਖਣੀ ਪੜ੍ਹਨੀ ਅਤੇ ਬੋਲਣੀ ਆਉਣੀ ਚਾਹੀਦੀ ਆ। ਪਾਬੰਦੀ ਤਾਂ ਕੋਈ ਹੋਣੀ ਨਹੀਂ ਚਾਹੀਦੀ ਯਾਰ ਪੰਜਾਬ ਦੇ ਵਿੱਚ, ਤੁਸੀਂ ਹੈ ਨਾ ਸਕੂਲ ਖੋਲ੍ਹਦਾ ਵਾ, ਇਹ ਪਾਬੰਦੀ ਦਾ ਕੀ ਕੰਮ ਇੱਥੇ? ਤੁਸੀਂ ਹਰੇਕ ਚੀਜ਼ ਦੇ ਉੱਤੇ ਪਾਬੰਦੀ ਲਾਉਂਦੇ ਹੋ, ਤੁਸੀਂ ਬੰਦੇ ਬਣ ਜਾਓ। ਮੈਂ ਬਹੁਤ ਕੰਮ ਖਰਾਬ ਹੋ ਜਾਣਾ ਵਾ ਜੇ ਤੁਸੀਂ ਆ ਹਰਕਤਾਂ ਦੇ ਉੱਤਰੇ ਆਏ। ਤੁਸੀਂ ਹਜੇ ਤੁਹਾਨੂੰ ਦੱਸਦੇ ਹਾਂ ਅਸੀਂ, ਅਤੇ ਗਾਂਹ ਤੁਹਾਡਾ ਟਾਈਮ ਬਹੁਤ ਮਾੜਾ ਆ ਜਾਣਾ ਵਾ। ਹਰੇਕ ਚੀਜ਼ ਨੂੰ ਸਿਆਸਤ ਵਾਲੇ ਪਾਸੇ ਨਾ ਲੈ ਕੇ ਜਾਇਆ ਕਰੋ, ਤੁਸੀਂ ਸਾਡੀ ਜੜ ਵੱਢਣ ਲੱਗੇ ਹੋਏ ਹੋ। ਇਹ ਨਹੀਂ ਗੱਲ ਚੱਲਣੀ ਹੈਗੀ ਅਸੀਂ ਹਾਂ ਇੰਡੀਆ ਦੀ ਕਦਰ ਕਰਦੇ ਹਾਂ, ਇੰਡੀਆ ਦੇ ਨਾਲ ਹੀ ਪੰਜਾਬ ਆ, ਹੈ ਨਾ। ਹਰੇਕ ਸਟੇਟ ਦਾ ਅਲੱਗ ਅਲੱਗ ਆਪਦਾ ਰੁਤਬਾ ਹੁੰਦਾ, ਉਹ ਆਪਦੇ ਰੁਤਬੇ ਨੂੰ ਬਰਕਰਾਰ ਰੱਖਣਾ ਚਾਹੁੰਦਾ, ਉਹਦੇ ਵੀ ਕੋਈ ਕਾਇਦਾ ਕਾਨੂੰਨ ਹੁੰਦੇ ਆ। ਤੁਸੀਂ ਆਪਦੇ ਕਾਇਦਾ ਕਾਨੂੰਨ ਬਣਾ ਕੇ ਬੈਠੇ ਹੋ ਯਾਰ, ਇਹ ਬੰਦਿਆਂ ਵਾਲੀ ਗੱਲ, ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਬੰਦੇ ਬਣ ਜਾਓ, ਇਹ ਗੱਲ ਬਹੁਤ ਤੁਹਾਨੂੰ ਔਖਾ ਹੋਊਗਾ ਬਾਅਦ ਦੇ ਵਿੱਚ, ਜੇ ਸਾਰੇ ਪੰਜਾਬੀਆਂ ਨੇ ਉੱਠ ਕੇ ਖੜ੍ਹੇ ਹੋ ਗਏ ਨਾ, ਇਹ ਚੀਜ਼ ਤੁਹਾਨੂੰ ਸੰਭਾਲਣੀ ਔਖੀ ਹੋ ਜਾਣੀ ਆ। ਐਡੇ ਪੰਜਾਬੀ ਬੇਕਦਰੇ ਹੈ ਨਹੀਂ ਗੇ, ਜਾਂ ਇਹਨਾਂ ਨੂੰ ਪਤਾ ਹੀ ਨਹੀਂ, ਜਾਂ ਸੋਝੀ ਨਹੀਂ ਹੈਗੀ, ਉਹ ਦੇਖ ਰਹੇ ਨੇ। ਕਿਸਾਨ ਅੰਦੋਲਨ ਦੇ ਵਿੱਚ ਵੀ ਤੁਸੀਂ ਅੱਤਵਾਦੀ ਖਾਲਿਸਤਾਨੀ ਕਹਿ ਕੇ ਦੇਖ ਹੀ ਲਿਆ ਸੀ, ਕੀ ਕਰ ਲਿਆ? ਇਹ ਵੀ ਮੀਡੀਆ ਦਾ ਬਹੁਤ ਵੱਡਾ ਰੋਲ ਸੀਗਾ ਇਹਦੇ ਵਿੱਚ, ਅੱਤਵਾਦੀ ਅਤੇ ਖਾਲਿਸਤਾਨੀ ਬਣਾਉਣ ਦੇ ਵਿੱਚ। ਇਹ ਤੁਸੀਂ ਬੰਦੇ ਬਣ ਜਾਓ, ਤੁਸੀਂ ਹਰੇਕ ਚੀਜ਼ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜੋ ਕਾਇਦਾ ਕਾਨੂੰਨ ਪੰਜਾਬ ਦੇ ਹੈਗੇ ਆ ਉਹਦੇ ਅਕੋਰਡਿੰਗ ਉਹ ਚੱਲਣਾ ਚਾਹੀਦਾ। ਪੰਜਾਬੀ ਲਿਖਣੀ ਪੜ੍ਹਨੀ ਆਉਣੀ ਜ਼ਰੂਰ ਚਾਹੀਦੀ ਹੈ ਜਿਹੜਾ ਪੰਜਾਬ ਦੇ ਵਿੱਚ ਨੌਕਰੀ ਕਰਦਾ ਵਾ। ਵਾਹਿਗੁਰੂ ਜੀ ਕਾ